ਦੇ ਸਾਰੇ ਸਾਹਬਾਂ ਨੂੰ ਸਲਾਮ ਕਰਨ ਵਾਲੇ ਹਾਂ, ਕਿਉਂਕਿ ਅੱਲਾਹ ਦਾ ਕੁਰਾਨ ਵਾ ਕੁੱਲਮ ਵਾਦ ਅੱਲਾ ਉਲੁਸਨਾ ਸੋਹਣਿਆ, ਮੈਂ ਸਾਰਿਆਂ 'ਤੇ ਰਾਜ਼ੀ ਹੋ ਗਿਆ। ਇਸੇ ਵਾਸਤੇ ਸਾਡੇ ਬਜ਼ੁਰਗਾਂ ਨੇ ਤਰਜਮਾ ਕੀਤਾ, ਕਰੇ ਫਿਕਰ ਹੈ ਮੁਨਕਰ ਜਿਹਦੇ ਦਿਲ ਦੇ ਅੰਦਰੀ ਨਹੀਂ ਇਸ਼ਕ ਸਦੀਕ ਵਲੀ ਦਾ, ਨਹੀਂ ਇਸ਼ਕ ਸਦੀਕ ਵਲੀ ਦਾ, ਉਹ ਵੀ ਜੰਨਤ ਉਹ ਵੀ ਜਾਣੋ ਵੱਡਾ ਮੁਨਾਫਿਕ, ਜਿਹੜਾ ਦੁਸ਼ਮਨ ਉਮਰ ਜਰੀ ਦਾ, ਉਹ ਵੀ ਜੰਨਤ ਕਦੀ ਨਾ ਜਾਸੀ, ਜਿਹਨੂੰ ਨਹੀਂ ਪਿਆਰੀ ਉਸਮਾਨ ਗਨੀ ਦਾ, ਉਹ ਵੀ ਜੰਨਤੀ ਕਦੀ ਨਾ ਜਾਸੀ, ਜਿਹਨੂੰ ਨਹੀਂ ਪਿਆਰੀ ਉਸਮਾਨ ਗਨੀ ਦਾ, ਉਹ ਵੀ ਯਾਦੋ ਵੱਡਾ ਕਾਫਰੀ ਜਿਹੜਾ ਨਹੀਂ ਹੁਬਦਾਰ ਅਲੀ ਦਾ। ਅਸੀਂ ਹਜ਼ੂਰ ਦੇ ਸਾਰਿਆਂ ਗੁਲਾਮਾਂ ਦੇ ਨੌਕਰ ਹਾਂ, ਹਜ਼ੂਰ ਦੇ ਸਾਰੇ ਗੁਲਾਮਾਂ ਦੇ ਨੌਕਰ ਹਾਂ। ਫਿਰ ਤਾਂ ਮੇਰੇ ਆਕਾ ਨਬੀ ਅਕਰਮ ਨੂਰੇ ਮੁਜੱਸਮ ਰਹਿਮਤੁਲਿਲ ਆਲਮੀਨ ਸੱਲੱਲਾਹੁ ਅਲੈਹਿ ਵਸੱਲਮ ਦੇ ਅਬੂ ਬਕਰ ਤੋਂ ਲੈ ਕੇ ਸਈਦਨਾ ਮੀਰੇ ਮੁਆਵੀਆ ਰਦੀਲਾ ਤਾਲਾ ਤੱਕ, ਉਸਮਾਨ ਜੀ ਨੂੰ ਰਹਿਣ ਦੇ ਵੀ ਗੁਲਾਮ। ਕੌਣ ਉਸਮਾਨ ਜੀ ਨੂੰ ਰਹਿਣ? ਤੇਰੇ ਤਾਂ ਮੇਰੇ ਆਕਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵਰਦੂਲਾ ਬਣ ਕੇ ਆਉਣ ਵਾਲਾ, ਹਜ਼ੂਰ ਦਾ ਬੇਟਾ ਬਣ ਕੇ ਆਉਣ ਵਾਲਾ, ਉਸਮਾਨ ਦਾ ਸ਼ਾਨ ਬੜਾਏ। ਅਗਰ ਦੂਸਰੇ ਜ਼ਾਵੇ ਨਾਲ ਵੇਖਿਆ ਜਾਏ, ਕੌਣ ਉਸਮਾਨ? ਜਿਹੜਾ ਜਨਾਬੇ ਹਸਨ ਦਾ ਵੀ ਖਾਲੂ ਏ, ਜਿਹੜਾ ਜਨਾਬੇ ਹੁਸੈਨ ਦਾ ਵੀ ਖਾਲੂ ਏ, ਜਿਹੜਾ ਜਨਾਬੇ ਅਲੀ ਮੁਰਤਜ਼ਾ ਦਾ ਹਮਜ਼ੁਲਫੇ, ਜਿਹੜਾ ਨਬੀ ਦੇ ਖੱਡ ਡੁੱਕਿਆ ਏ। ਅਸੀਂ ਤੁਸੀਂ ਬੇਟਿਆਂ ਦੀ ਸ਼ਾਦੀ ਕਰੀਏ, ਅਸੀਂ ਤੁਸੀਂ ਬੇਟਿਆਂ ਦੀ ਸ਼ਾਦੀ ਕਰੀਏ ਅਤੇ ਆਖੀਦਾ ਏ ਮੇਰੇ ਬੇਟੇ ਦੀ ਸ਼ਾਦੀ ਫਲਾਂ ਘਰ ਹੋਈ ਏ, ਬੜੇ ਨੰਬਰਦਾਰ ਨੇ ਹਾਜੀ ਸਲਾਮ ਸਾਹਿਬ, ਬੜੇ ਨੰਬਰਦਾਰ ਨੇ, ਬੜੇ ਚੌਧਰੀ ਨੇ, ਬੜੇ ਲੈਣ ਲਾੜ ਨੇ, ਬੜੇ ਸ਼ਰੀਫ ਲੋਕ ਨੇ, ਬੜੇ ਨੇਕ ਲੋਕ ਨੇ। ਪੀਰ ਸਾਹਿਬ ਦੇ ਘਰ ਸ਼ਾਦੀ ਹੋ ਗਈ ਏ, ਚੌਧਰੀ ਸਾਹਿਬ ਦੇ ਘਰ ਸ਼ਾਦੀ ਹੋ ਗਈ ਏ, ਨੰਬੜਾਂ ਦੇ ਘਰ ਸ਼ਾਦੀ ਹੋ ਗਈ ਏ, ਕਮਿਆਣਿਆਂ ਦੇ ਫਲਾਣੇ ਘਰ, ਸਾਡੀ ਬਰਾਦਰੀ ਦਾ ਤਾਂ ਸਭ ਨਾਲ ਟੌਹਰੀ ਘਰ ਏ, ਉਸ ਘਰ 'ਚ ਵਿਆਹ ਹੋਇਆ। ਸਦਕੇ ਜਾਈਏ, ਉਸਮਾਨ ਦੂਲਾ ਬਣ ਗਿਆ ਅਤੇ ਟੁਕਿਆ ਕਿਹਦੇ ਘਰ ਏ? ਜਿਹੜਾ ਸਾਰੇ ਨਬੀਆਂ ਦਾ ਇਮਾਮ ਏ, ਇਸ ਇਮਾਮ ਜਨਾਬੇ ਉਸਮਾਨ ਜੀ ਨੂਰਾਨ ਦੂਲਾ ਬਣੇ ਨੇ। ਫਿਰ ਮੁਕਾਮ ਕੀ ਹੈ ਤੇਰੇ ਤੇ ਮੇਰੇ ਆਕਾ ਨਬੀ ਅਕਰਮ ਨੂਰੇ ਮੁਜੱਸਮ ਰਹਿਮਤੁਲਿਲ ਆਲਮੀਨ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਜਨਾਬ ਦੀ ਪਹਿਲੀ ਘਰਵਾਲੀ ਦਾ ਇੰਤਕਾਲ ਹੋਇਆ, ਹਜ਼ੂਰ ਦੀ ਸ਼ਹਜ਼ਾਦੀ ਦਾ ਵਿਸ਼ਾਲ ਹੋ ਗਿਆ, ਹਜ਼ੂਰ ਨੇ ਦੂਸਰੀ ਬੇਟੀ ਵਿਆਹ ਦਿੱਤੀ, ਉਸਮਾਨ ਫਿਰ ਦੂਲਾ ਬਣਿਆ, ਫਿਰ ਨਬੀ ਦੇ ਘਰ, ਫਿਰ ਦੂਲਾ ਬਣਿਆ, ਫਿਰ ਨਬੀ ਦੇ ਘਰ ਗਿਆ। ਇਸੇ ਵਾਸਤੇ ਆਲਾ ਦਰ ਤਜ਼ੀਮੁਲ ਬਰਕਤ ਮੁਜੱਦਦ ਦੀਨੋ ਮਿਲਤ ਇਮਾਮ ਮੌਲਾਨਾ ਸ਼ਾਹ ਮਰਦਾ ਆ ਫਰਮਾਨੇ, ਨੂਰ ਕੀ ਸਰਕਾਰ ਸੇ ਪਾਇਆ ਦੁਸ਼ਾਲਾ ਨੂਰ ਕਾ, ਪੜੀਏ ਨੂਰ ਕੀ ਸਰ ਸਰਕਾਰ ਸੇ ਪਾਇਆ ਦੁਸ਼ਾਲਾ ਨੂਰ ਕੀ ਸਰਕਾਰ ਸੇ ਪਾਇਆ ਦੁਸ਼ਾਲਾ ਹੋ। ਆਪ ਸਭ ਨੇ ਇੱਕੋ ਬੰਦ ਕਰ ਦਿਓ, ਹੋ ਮੁਬਾਰਕ ਤੁਝੀ ਕੋ ਜਿਨੂੰ ਰਹਿਣ ਜੋੜਾ ਨੂਰ ਕਾ, ਹੋ ਮੁਬਾਰਕ ਪੜੀਏ, ਹੋ ਮੁਬਾਰਕ ਤੁਝੀ ਕੋ ਜਿਨੂੰ ਰਹਿਣ ਜੋੜਾ, ਹੋ ਮੁਬਾਰਕ ਤੁਝਕੋ ਜਿਨੂੰ ਰਹਿਣ ਜੋੜਾ ਨੂਰ ਕਾ। ਇੰਨੀ ਗੱਲ ਹੈ, ਇਨਸ਼ਾਅੱਲਾ ਮੈਂ ਇੱਕ ਦੋ ਵਾਕਿਆ ਤੋਂ ਬਾਅਦ ਹਦੀਸਾਂ ਤੋਂ ਬਾਅਦ ਮੈਂ ਸ਼ਹਾਦਤ ਬਿਆਨ ਕਰਨਾ, ਲੇਕਿਨ ਇਹ ਜ਼ਰਾ ਡਟ ਕੇ ਪੜ੍ਹ ਲਓ, ਹੋ ਮੁਬਾਰਕ ਤੁਝਕੋ ਜਿਨੂੰ ਰਹਿਣ ਜੋੜਾ
कौन इस्मान जनूर हैं तेरे ते मेरे आका नबी अकरम नूर है मुझे समरामतुल्लीला अलमीन सल्लल्लाहु अलैहि वसल्लम आप हिजरत करके मदीना तशीव ले आए ते खारा पानी मदीने वाले कोल खारा पानी है पीने वास्ते पानी कोनी पीने वास्ते पानी कोनी फिर ते मेरे आका नबी करीम सल्लल्लाहु अलैहि वसल्लम ने चाह फरमाया है कोई बंदा खारा खू रूमा नाम का बंदा है रूमा नाम का यहूदी मेरे रूमा का मालक रूमा नाम का यहूदी है फिर मैं है कोई उन्हें को खरीद के मुसलमाना के नाम वक्फ कर रहे मुसलमाना दे डोल नाल अपना डोल ला देवे फरमाया जेड़ा खरीद के देगा हजूर ने फरमाया जेड़ा रूम बेरे रूमा खरीद के देगा उन्हें जन्नत दा मैं वारस बना देंगा ओदे कौसर उन्दे ना कर देंगा हदीसे पाके फरमाया जेड़ा बेरे रूमा खरीद के देवे हरकार ने फरमाया मैं हौजे कौसर दिया हौजे कौसर का वारस कर देंगा जनाबे सरकार उस्मान दी नूरैन उठे आपने फरमाया मदीने वाले ए वद दुहा दे चेरे वाले हामीम दियां कुंडल मुबारक शेरे वाले सोने मैं लैके देना आपने चा बाद रवायत चाहता है 4,000 दिनार बाद चाहता है 40,000 दिनार बाद रवायत चाहता है 8,000 दिनार खूब खरीद के नबी पाक दी बारगाह च हाजिर किया फरमाया सोने वेखो मैं खूह की रसीद लैके आ गया हजूर ने फरमाया तू मैनू बेरे रूमा की रसीद दी है मैं तेनू जन्नत का वारस बना दिता है फरमाया हौजे कौसर ते ओने पानी पीना है जेड़ा उस्मान जी नू रहण दा खादम बनेगा जेड़ा उस्मान मदीने वाले अहले मदीना खारा पानी पींदे सन लेकिन उस कुएं दा नाम जो उस्मान ने खरीदया है हजूर दे हुक्म ते जो खरीदया है ते फिर नाम की क्या बेरे उस्मान नाम पे आए ते सारे मदीने वाले मिठा पानी पीण लग पाए मिठा पानी पींद ने पाए वजह की है हजरत उस्मान जिन्नू रैन आप दी वजह नाल सरकार ने फरमाया तेरी वजह नाल लोग इत्थे मिठा पानी पानी पींदे ने उत्थे जदों जन्नत च मैं कौसर तकसीम करांगा तू भी नाल खड़ा होएगा उची कहे सुभान अल्लाह हौजे कौसर दी वारस जनाबे इमामुल अंबिया सल्लल्लाहु अलैहि वसल्लम आपने फरमाया उस्मान तेनू मैं दे दिता है उस्मान औजे कहो सर्दी वा जिन्हें पानी पीना है बल्कि तेरे ते मेरे आका नबी करीम सल्लल्लाहु अलैहि वसल्लम दी बारगाह च एक जनाजा सामने जा रहा है एक जनाजा सामने जा रहा है हजूर दी बारगाह च अर्ज कीती सुने ये जनाजा जा रहा जनाजा नहीं पढ़ाना हजूर ने फरमाया मैं नहीं जनाजा पढ़ावांगा इस बंदे का जनाजा मैं नहीं पढ़ाना फरमाया या रसूल अल्लाह वजह की है फरमाया खबरदार इंदा जनाजा मैं नहीं पढ़ावांगा या रसूल अल्लाह वजह बयान हो जाए फरमाया मेरे उस्मान नु बुरा आखदा सी मेरे उस्मान नु बुरा आखदा सी मेरे उस्मान नु दुश्मन समझदा सी पता लग गया सरकार ने फरमाया लोगो जेड़ा उस्मान दा दुश्मन है वह नबी दा दुश्मन है जेड़ा उस्मान दा गुलाम है ओ मदीने वाले दा गुलाम है उस्मान हजूर दा मुहब बनना ही हजूर दा हजूर दी अख दा तारा ते प्यारा बनना ही ते उस्मान दा नौकर बनना पएगा सरकार ने फरमाया जैशुल उसरा तंगी दा जमाना उसरत आंदे ने तंगी दे जमाने नू गजबा तबूक ऐसा गजबा 9 हिजरी च पेश होया ते ए सरकार दी बजारी याद दा आखरी गजबा है जिंदे च कम अज कम 40,000 मुसलमाना शिरकत फरमाई है जी ए गजबा आखरी है ते सरकार उसरे दा तंगी दा जमाना है सरकार मिंबर ते बैठे आ जाओ इस्लाम नू लोड़ है तुहाडे माल दी लोड़ है अपनी अपनी तौफीक के मुताबिक लैके आ रहे हैं उस्मान जी नू रह जिसले फकाम उस्मान हजरत उस्मान रदी अल्लाह ताला खड़े हो गए अर्द करते ने सुनिया मेरा जान भी याद रहे मेरा माल भी याद रहे सुनिया सारा कुछ तेरा सदका लभ्या है ये मदीने वाले सारा कुछ तेरा है फिर मिल जाएगा हजरत उस्मान ने सरकार ने जिसले तरगीब दिलाई है हजरत उस्मान खड़े हो गए अर्द करते ने सुनिया 100 ऊंट चलाम्या समेत कजाम्या समेत समान समेत तेरी बारगाह च पेश कर समान समेत खाली उठ नहीं 100 उठ तेरी बारगाह च पेश करना वा हजूर दी बारगाह च पेश कीता ते नबी पाक राजी हो गए नबी पाक राजी हो गए जिंदे अमले मुबारक ते मदीने वाला राजी हो जाए उस बंदे दे पाका नाल कौन रल सकदा है हजूर ने फिर तरगीब दिलाई फरमाया 200 उठ फिर मैं देना वा 200 उठ फिर कजामियां समेत चलामियां समेत समान समेत तेरी बारगाह च आदर ने हे उन्हें तेरी इस बारगाह च आदर ने 200 300
ਸੂਟ ਤੋਂ ਗਏ ਹਜ਼ੂਰ ਨੇ ਫਿਰ ਤਰਗੀਬ ਦਿਲਾਈ ਹਜ਼ਰਤ ਉਸਮਾਨ ਫਿਰ ਖੜੇ ਹੋ ਗਏ ਅਰਦ ਕਰਦੇ ਨੇ ਸੋਹਣਿਆ ਆ 300 ਊਠ ਫਿਰ ਤੇਰੀ ਬਾਰਗਾਹ ਸਮਾਨ ਸਮੇਤ ਦੇਣਾ ਪਿਆ 300 ਊਠ ਜਿਸ ਵੇਲੇ ਹੋ ਗਏ ਇਮਾਮ ਕਾ ਮੁੱਲਾ ਅਲੀ ਕਾਰੀ ਰਹਿਮਤੁੱਲਾ ਫਰਮਾਉਂਦੇ ਨੇ 600 ਊਠ ਤੇ ਹੋ ਗਏ ਫਿਰ ਸਰਕਾਰ ਨੇ ਤਰਗੀਬ ਦਿਲਾਈ ਫਰਮਾਇਆ ਸੋਹਣਿਆ ਹੁਣ 1000 ਊਠ ਉਸਮਾਨ ਤੇਰੀ ਬਾਰਗਾਹ 'ਚ ਪੇਸ਼ ਕਰਦਾ ਏ 1000 ਊਠ ਪੇਸ਼ ਕਰ ਦਿੱਤਾ ਸਮਾਨ ਸਮੇਤ ਫਿਰ ਸਰਕਾਰ ਨੇ ਤਰਗੀਬ ਦਿਲਾਈ ਅਸ਼ਰਫੀਆਂ ਦਾ ਥੈਲਾ ਲੈ ਕੇ ਨਬੀ ਪਾਕ ਦੀ ਬਾਰਗਾਹ 'ਚ ਆ ਗਏ ਆ ਕੇ ਅਰਦ ਕਰਦੇ ਨੇ ਸੁਣਿਆ ਇਹ ਅਸ਼ਰਫੀਆਂ 1000 ਅਸ਼ਰਫੀ ਤੇਰੀ ਬਾਰਗਾਹ 'ਚ ਬਲਕਿ ਕਰਵਾਏ ਤਾਂ ਜਵਾਹਰ ਵਾਲੇ ਨੇ ਲਿਖਿਆ ਏ ਕਿ ਆਪ ਆਪਣੀ ਚੋਲੀ ਦੇ ਅੰਦਰ 1000 ਅਸ਼ਰਫੀਆਂ ਲੈ ਕੇ ਆਏ 1000 ਅਸ਼ਰਫੀਆਂ ਲੈ ਕੇ ਆਏ ਅਤੇ ਨਬੀ ਪਾਕ ਦੇ ਸਾਹਮਣੇ ਰੱਖ ਦਿੱਤੀਆਂ ਅਤੇ ਹਜ਼ੂਰ ਮੁਸਕਰਾਉਣ ਲੱਗ ਪਏ ਅਤੇ ਉਸਮਾਨ ਵੇਖਣ ਲੱਗ ਪਏ ਅਤੇ ਨਾਲੇ ਵੇਖੀ ਜਾਂਦੇ ਨੇ ਨਾਲੇ ਮੁਸਕਰਾਈ ਜਾਂਦੇ ਨੇ ਉਸਮਾਨ ਕਿੱਡਾ ਸੋਹਣਾ ਏ ਅਤੇ ਸੋਹਣੇ ਨਬੀ ਨੂੰ ਵੇਖਦਾ ਏ ਵਦੂਹਾ ਦਾ ਚਿਹਰਾ ਵੇਖੀ ਜਾਂਦਾ ਮੇਰੇ ਵੇਖਿਆ ਜੇ ਉਸਮਾਨ ਵਦੂਹਾ ਦਾ ਚਿਹਰਾ ਵੇਖੀ ਜਾਂਦੇ ਘੋਗੜਾ ਦੇ ਯਾਰ ਉਸਮਾਨ ਵਦੂਹਾ ਦਾ ਚਿਹਰਾ ਵੇਖੀ ਜਾਂਦਾ ਏ ਨਾਲੇ ਖੁਸ਼ ਹੋਈ ਜਾਂਦਾ ਏ ਅਤੇ ਉਸਮਾਨ ਆਪ ਕਿੱਡਾ ਸੋਹਣਾ ਏ ਘੁੰਗਰਿਆਲੇ ਵਾਲ ਨੇ ਘੁੰਗਰਿਆਲੇ ਵਾਲ ਨੇ ਸੁਰਖੀ ਮਾਇਲ ਸਫੇਦ ਰੰਗ ਬਸੁਰਖੀ ਮਾਇਲ ਏ ਸਫੇਦ ਰੰਗ ਸੁਰਖੀ ਮਾਇਲ ਸਫੇਦ ਰੰਗ ਏ ਅਤੇ ਵੇਖੀ ਜਾਂਦਾ ਮਿਆਨਾ ਕਾਦੇ ਅਤੇ ਚਿੱਟਾ ਰੰਗ ਏ ਨਾਲੇ ਵੇਖੀ ਜਾਂਦਾ ਏ ਨਾਲੇ ਆਖੀ ਜਾਂਦਾ ਸੋਹਣਿਆ ਹੋਰ ਵੀ ਕੁਝ ਚਾਹੀਦਾ ਹੋਵੇ ਉਸਮਾਨ ਦਾ ਮਾਲ ਵੀ ਆਦਰ ਏ ਉਸਮਾਨ ਦੀ ਜਾਨ ਵੀ ਆਦਰ ਏ ਉਸਮਾਨ ਤੇਰਾ ਅਮਲ ਅੱਜ ਤੇਰਾ ਕੋਈ ਵੀ ਅੱਜ ਤੋਂ ਬਾਅਦ ਕੋਈ ਗੁਨਾਹ ਤੇਰੇ ਨੇੜੇ ਨਹੀਂ ਜਾਏਗਾ ਉਸਮਾਨ ਨੇ ਸੁਣਿਆ ਅਤੇ ਵੇਖਿਆ ਅਤੇ ਵੇਖੀ ਜਾਂਦਾ ਏ ਅਤੇ ਆਖੀ ਜਾਂਦਾ ਤੂੰ ਏ ਮੇਰਾ ਚੈਨ ਤੇ ਕਰਾਰ ਸੋਹਣਿਆ ਅੱਲਾ ਵਾਸਤੇ ਕਿਹਾ ਜੇ ਬਾਰ ਬਾਰ ਨਾ ਖੁਆਇਆ ਕਰੋ ਤੂੰ ਏ ਮੇਰਾ ਚੈਨ ਤੇ ਸਾਰੀ ਮਸੀਤ ਵਾਲੇ ਪੜਨਗੇ ਜ਼ਕਰੀਆ ਸਾਹਿਬ ਪੜ੍ਹਦੇ ਨੇ ਪਏ ਤੂੰ ਏ ਮੇਰਾ ਚੈਨ ਤੇ ਸੋਹਣਿਆ ਤੇਰੇ ਨਾਲ ਵਸਦੀ ਇਹ ਬਹਾਰ ਸੋਹਣਿਆ ਹਾਂ ਤੇਰੇ ਨਾਲ ਵਸਦੀ ਤੂੰ ਇੱਕ ਵਾਰੀ ਸੋਹ ਲਾ ਕੇ ਤੂੰ ਏ ਮੇਰਾ ਚੈਨ ਤੇ ਕਰਾਰ ਸੋਹਣਿਆ ਅੱਲਾ ਦਾ ਵਾਸਤਾ ਜ਼ੋਰ ਲਾ ਦੇ ਉਸਮਾਨ ਨਾਲ ਇਹ ਉਹਦਾ ਜ਼ਿਕਰ ਕਰਨੇ ਮੈਂ ਜਿਹਦੇ ਮਦੀਨੇ ਵਾਲਾ ਬੜਾ ਰਾਜ਼ੀ ਏ ਬਿਲ ਮਿਲ ਕੇ ਕਹਾਂ ਜੇ ਤੂੰ ਏ ਮੇਰਾ ਚੈਨ ਤੇ ਸੋਹਣਿਆ ਤੇਰੇ ਨਾਲ ਵਸਦੀ ਏ ਬਹਾਰ ਸੋਹਣਿਆ ਤੇਰਾ ਹੀ ਖਿਆਲ ਮੇਰੇ ਦਿਲ ਉੱਤੇ ਛਾ ਗਿਆ ਤੇਰੀ ਅੱਖ ਦਾ ਇਸ਼ਾਰਾ ਮੇਰੀ ਜ਼ਿੰਦਗੀ ਬਣਾ ਗਿਆ ਜੀਵੇਂ ਤੇਰੀ ਅੱਖ ਦਾ ਖੁਮਾਰ ਕਿਹਾ ਜੇ ਜੀਵੇਂ ਤੇਰੀ ਅੱਖ ਦਾ ਅਰੇ ਸੋਹਣਿਆ ਤੇਰੇ ਨਾਲ ਵਸਦੀ ਏ ਬਹਾਰ ਹਾਂ ਤੇਰੇ ਨਾਲ ਵਸਦੀ ਏ ਬਹਾਰ ਸੋਹਣਿਆ ਕੌਣ ਉਸਮਾਨ ਤੇਰੇ ਤੇ ਮੇਰੇ ਆਕਾ ਨਬੀ ਕਰੀਮ ਸੱਲ ਅਲੈਹ ਸਲਮ ਕਰ ਤਸ਼ਰੀਫ ਫਰਮਾ ਨੇ ਦਰਵਾਜ਼ਾ ਖਟਿਆ ਹਜ਼ਰਤ ਸਦੀਕੇ ਉੱਪਰ ਇਜਾਜ਼ਤ ਮੰਗੀ ਆ ਗਏ ਅਤੇ ਬਹਿ ਗਏ ਹਜ਼ੂਰ ਦੀ ਪਿੰਡਲੀ ਮੁਬਾਰਕਾ ਨੂਰਾਨੀ ਪਿੰਡਲੀ ਪਾਕ ਤੋਂ ਕੱਪੜਾ ਹਟਿਆ ਕਪਿੰਡੀ ਸ਼ਰੀਫ ਨੰਗੀ ਏ ਸਹੀਦਾ ਆਸ਼ਾ ਦਾ ਉਜਰਾ ਹੈ ਜਿੱਥੇ ਅੱਜ ਮਦਾਰ ਏ ਉੱਥੇ ਸਰਕਾਰ ਉਹ ਜਿੱਥੇ ਅੱਜ ਮਦਾਰ ਏ ਉਹ ਸਹੀਦਾ ਆਸ਼ਾ ਤੋਂ ਸਦੀ ਕਰ ਰਹੀ ਲਾ ਤਾਲਾ ਨਾਂ ਦਾ ਉਜਰਾ ਏ ਯਾਨੀ ਸਲਾਮ ਵੀ ਉਹ ਕਰਨ ਜਾਏਗਾ ਜਿਹੜਾ ਸਹੀਦਾ ਆਸ਼ਾ ਦੇ ਘਰ ਨੂੰ ਮੰਨਣ ਵਾਲਾ ਹੋਏਗਾ ਰਾਹ ਦੇਖੀਏ ਇੰਜ ਫਰਮਾਣਾ ਜਿਹੜੇ ਨਹੀਂ ਮੰਨਦੇ ਨਹੀਂ ਜਾਂਦੇ ਅੱਜ ਵੀ ਨਹੀਂ ਜਾਂਦੇ ਅੱਲਾ ਤੋਫੀਕ ਨਹੀਂ ਦਿੰਦਾ ਜੀ ਦੂਰੋਂ ਦੂਰ ਅਠਨ ਪਿੰਡਲੀ ਮੁਬਾਰਕ ਨੰਗੀ ਅਤੇ ਆਸ਼ਾ ਦਾ ਉਜਰਾ ਦਰਵਾਜ਼ਾ ਖੜਕਿਆ ਉਹਦੀ ਨਾ ਲਿ ਸਦੀਕ ਹਜ਼ਰਤ ਸਦੀਕੇ ਕੋਲ ਕੋਈ ਇਜਾਜ਼ਤ ਦੀ ਗਈ ਆਪ ਆਏ ਅਤੇ ਸਰਕਾਰ ਕੀ ਪਿੰਡਲੀ ਪਰ ਕੱਪੜਾ ਵੈਸੇ ਹੀ ਹਟਾ ਹੋਇਆ ਹੈ ਪਿੰਡਲੀ ਕੱਜੀ ਨਹੀਂ ਅਤੇ ਹਟਿਆ ਦਰਵਾਜ਼ਾ ਖੜਕਿਆ ਉਮਰੇ ਫਰੂਕ ਆਦਰੀ ਚਾਹੁੰਦੇ ਨੇ ਫਰਮਾਇਆ ਆ ਜਾਓ ਉਮਰੇ ਫਰੂਕ ਆ ਗਏ ਥੋੜ੍ਹੀ ਦੇਰ ਗੁਜ਼ਰੀ ਦਰਵਾਜ਼ਾ ਖੜਕਿਆ ਪੁੱਛਿਆ ਗਿਆ ਕੌਣ ਅਰਜ਼ ਕੀਤੀ ਕਿ ਸੋਹਣਿਆ ਤੇਰਾ ਗੁਲਾਮ ਉਸਮਾਨ ਆਇਆ ਏ ਤੇਰਾ ਗੁਲਾਮ ਉਸਮਾਨ ਆਇਆ ਏ ਫਰਮਾਇਆ ਠਹਿਰੋ ਅਜੇ ਬੂਹਾ ਨਾ ਖੋਲਿਆ ਜੇ ਮੈਨੂੰ ਸਿੱਧਾ ਹੋ ਲੈਣ ਦੇ ਠਹਿਰੋ ਮੈਨੂੰ ਸਿੱਧਾ ਹਜ਼ੂਰ ਸਿੱਧੇ ਹੋ ਕੇ ਬਹਿ ਗਏ ਐਂ ਪਿੰਡਲੀ ਮੁਬਾਰਕ ਦੇ ਕੱਪੜਾ ਕੱਜਿਆ
ਜਦੋਂ ਟੁਰ ਗਏ ਸਦੀਕੇ ਅਕਬਰ ਟੁਰ ਗਏ ਫਰੂਕੇ ਆਦਮ ਤਸ਼ੀਫ ਲੈ ਗਏ ਹਾਜ਼ਰ ਦੇ ਹਾਜ਼ਰੀ ਦੇ ਕੇ ਵਾਪਸ ਤਸ਼ੀਫ ਲੈ ਗਏ ਉਸਮਾਨ ਜਿੰਨੂ ਰਹਿਣ ਵੀ ਚਲੇ ਗਏ ਸਈਦਾ ਆਇਸ਼ਾ ਸਦੀਕਾ ਨੇ ਅਰਜ਼ ਕੀਤੀ ਸੋਹਣਾ ਅੱਗੇ ਮੇਰਾ ਬਾਪ ਵੀ ਬੈਠਾ ਏ ਮੇਰੇ ਜਨਾਬੇ ਉਮਰ ਫਰੂਕ ਵੀ ਬੈਠੇ ਨੇ ਤੁਸੀਂ ਪਿੰਡਲੀ 'ਤੇ ਕੱਪੜਾ ਨਹੀਂ ਕੱਜਿਆ ਪਿੰਡਲੀ ਮੁਬਾਰਕ 'ਤੇ ਕੱਪੜਾ ਨਹੀਂ ਲਾਇਆ ਜਦੋਂ ਉਸਮਾਨ ਆਇਆ ਏ ਤੁਸੀਂ ਇੰਝ ਕਿਉਂ ਕੀਤਾ ਏ ਫਰਮਾਇਆ ਨੇ ਆਇਸ਼ਾ ਸੁਣ ਮੈਂ ਉਸ ਬੰਦੇ ਤੋਂ ਕਿਉਂ ਨਾ ਯਾਹ ਕਰਾਂ ਜਿਹਦੇ ਤੋਂ ਰੱਬ ਦੇ ਰੱਬ ਵੀ ਯਾਹ ਕਰਦਾ ਏ ਰੱਬ ਦੇ ਮਲਾਇਕਾ ਵੀ ਯਾਹ ਕਰਦੇ ਨੇ ਜਿਹਦੇ ਤੋਂ ਰੱਬ ਵੀ ਯਾਹ ਕਰਦਾ ਏ ਰੱਬ ਦੇ ਮਲਾਇਕਾ ਵੀ ਯਾਹ ਕਰਦੇ ਨੇ ਮੁਸਲਮਾਨ ਭਾਈ ਉਹ ਵੇਲਾ ਵੀ ਆਇਆ ਹਜ਼ਰਤ ਉਸਮਾਨ ਜੀ ਨੂੰ ਰਹਿਣ ਮਦੀਨੇ ਵਾਲਿਆਂ ਨੂੰ ਮਿੱਠਾ ਪਾਣੀ ਦੇਣ ਵਾਲਾ ਮਦੀਨੇ ਵਾਲਿਆਂ 'ਤੇ ਮਿਹਰਬਾਨੀ ਕਰਨ ਵਾਲਾ ਮਦੀਨੇ ਵਾਲਿਆਂ ਨੂੰ ਮਿੱਠਾ ਪਾਣੀ ਲੈ ਕੇ ਦੇਣ ਵਾਲਾ ਜਿੰਨੇ ਗਲੀ ਗਲੀ ਮਦੀਨੇ ਚੌਕਾ ਦੇਂਦੇ ਨੇ ਪਏ ਉਸਮਾਨ ਤੇਰੀ ਬੜੀ ਮਿਹਰਬਾਨੀ ਉਹ ਲੋਕੀ ਮਦੀਨੇ ਮੈਂ ਪੀਰ ਸਾਹਿਬ ਨੂੰ ਆਖਾਂ ਪੀਰ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਹਾਜੀ ਸ਼ਾਹ ਮੇਰਾ ਬਾਪ ਏ ਕਿਉਂਕਿ ਵੱਡਾ ਪਿਓ ਵੱਡਾ ਭਰਾ ਬਾਪ ਤੋਂ ਬਾਅਦ ਬਾਪ ਹੁੰਦਾ ਏ ਮੈਂ ਆਖਾਂ ਹਾਜੀ ਸਾਹਿਬ ਤੁਹਾਡੀ ਮਿਹਰਬਾਨੀ ਇਹ ਗੱਲ ਜ਼ਕਰੀਆ ਸਾਹਿਬ ਬਣਦੀ ਏ ਮੈਂ ਆਖਾਂ ਪੀਰ ਸਾਹਿਬ ਤੁਹਾਡੀ ਮਿਹਰਬਾਨੀ ਇਹ ਗੱਲ ਬਣਦੀ ਏ ਦੋਵੇਂ ਵੱਡੇ ਨੇ ਜਿਹਨੂੰ ਨਬੀ ਆਖੇ ਅਸੀਂ ਨਬੀ ਪਾਕ ਨੂੰ ਆਖੀਏ ਮਦੀਨੇ ਵਾਲਿਆ ਤੇਰੀ ਮਿਹਰਬਾਨੀ ਜਿਹਨੂੰ ਇਹ ਸਾਹਮਣੇ ਪਾ ਕੇ ਸਾਰੇ ਨਬੀਆਂ ਦਾ ਇਮਾਮ ਆਖੇ ਉਸਮਾਨ ਤੇਰੀ ਮਿਹਰਬਾਨੀ ਉਸ ਬੰਦੇ ਦੇ ਪਾਗਾਂ ਦਾ ਕੌਣ ਮੁਕਾਬਲਾ ਕਰ ਸਕਦਾ ਏ ਜਦੋਂ ਪਾਣੀ ਪਾਣੀ ਹੋ ਗਿਆ ਮਦੀਨੇ ਸ਼ੀਵ ਚਾਰ ਬੰਦਾ ਮਿੱਠਾ ਪਾਣੀ ਦਿੰਦਾ ਪਿਆ ਮਿੱਠਾ ਪਾਣੀ ਪੀਂਦਾ ਪਿਆ ਮੁਸਲਮਾਨੋ ਜ਼ਰਾ ਦਰਦ ਦੇ ਦਿਲ ਲੈ ਕੇ ਸੁਣਿਆ ਜੇ ਅੱਗੇ ਮੁਹਰਮ ਸ਼ਰੀਫ ਵੀ ਆਉਣ ਵਾਲਾ ਏ ਆਲੇ ਬਹਿਤੇ ਤਾਂ ਹਰ ਦੀ ਸ਼ਾਨ ਵੀ ਬਿਆਨ ਹੋਣ ਵਾਲੀ ਏ ਲੇਕਿਨ ਮੁਸਲਮਾਨੋ ਇਸ ਗੱਲ 'ਤੇ ਵੀ ਗੌਰ ਕਰਿਆ ਜੇ ਇਹ ਅੱਜ ਕੌਣ ਖਾਰਾ ਪਾਣੀ ਪੀਂਦਾ ਪਿਆ ਔਰ ਬਾਗੀਆਂ ਮੁਹਾਸਰਾ ਕਰ ਲਿਆ ਏ ਬਾਗੀਆਂ ਮਦੀਨੇ ਸ਼ਰੀਫ ਦਾ ਆਪਦੇ ਘਰ ਦਾ ਮੁਹਾਸਰਾ ਕਰ ਲਿਆ ਏ ਬਲਵਾਈਆਂ ਮੁਹਾਸਰਾ ਕੀਤਾ ਏ ਉਹ ਇਬਨੇ ਸਬਾਹ ਦੀ ਔਲਾਦ ਨੇ ਮੁਹਾਸਰਾ ਕੀਤਾ ਏ ਜਦੋਂ ਮੁਹਾਸਰਾ ਹੋ ਗਿਆ ਖਾਰਾ ਪਾਣੀ ਜਿਹੜਾ ਲੰਘਦਾ ਨਹੀਂ ਉਸਮਾਨ ਬੜੇ ਲੈਣ ਲਾੜ ਬੰਦੇ ਦਾ ਨਾਂ ਏ ਉਸਮਾਨ ਬੜੇ ਮੁਤਬੱਬਲ ਆਦਮੀ ਦਾ ਨਾਂ ਏ ਉਸਮਾਨ ਬੜੇ ਸ਼ਰੀਫ ਉਨਸ ਆਦਮੀ ਦਾ ਨਾਂ ਏ ਉਸਮਾਨ ਬੜੇ ਪੈਸੇ ਵਾਲੇ ਬੰਦੇ ਦਾ ਨਾਂ ਏ ਲੇਕਿਨ ਜਦੋਂ ਵੇਲਾ ਆਇਆ ਉਹ ਮਦੀਨੇ ਵਾਲਿਆਂ ਨੂੰ ਮਿੱਠਾ ਪਾਣੀ ਲੈ ਕੇ ਦੇਣ ਵਾਲਾ ਅੱਜ ਬੂੰਦ ਬੂੰਦ ਨੂੰ ਤਰਸਦਾ ਪਿਆ ਇੱਧਰ ਆਲੇ ਬਹਿਤੇ ਤਾਰ 'ਤੇ ਤਿੰਨ ਦਿਨ ਵਾਸਤੇ ਸਈਦਾਂ 'ਤੇ ਪਾਣੀ ਬੰਦ ਹੋਇਆ ਏ ਇੱਧਰ ਤਿੰਨ ਦਿਨ ਵਾਸਤੇ ਸਈਦਾਂ 'ਤੇ ਪਾਣੀ ਬੰਦ ਹੋਇਆ ਏ ਇੱਧਰ ਉਸਮਾਨ 'ਤੇ ਇੱਕ ਦਿਨ ਲਈ ਅੱਜ ਦੋ ਦਿਨ ਵੀ ਲੰਘ ਗਏ ਅੱਜ ਤਿੰਨ ਦਿਨ ਵੀ ਲੰਘ ਗਏ ਮੁਸਲਮਾਨੋ ਕਿਹੜੀ ਬਾਤ ਪੁੱਛਦੇ ਹੋ ਪਏ ਅੱਜ 40 ਦਿਨ ਹੋ ਗਏ ਨੇ ਹਜ਼ੂਰ ਦਾ ਦਿਮਾਗ ਪਾਣੀ ਨੂੰ ਤਰਸਦਾ ਪਿਆ ਹਜ਼ੂਰ ਦਾ ਦਿਮਾਗ ਪਾਣੀ ਨੂੰ ਤਰਸਦਾ ਪਿਆ ਅੱਜ ਮਿੱਠੇ ਪਾਣੀ ਨੂੰ ਕੌਣ ਤਰਸਦਾ ਪਿਆ ਜਿਹਦੇ ਬਾਰੇ ਸਰਕਾਰ ਨੇ ਫਰਮਾਇਆ ਓ ਲੋਗੋ ਲੈ ਕੁੱਲੇ ਨਬੀ ਰਫੀਕੁਨ ਵਫੀਰ ਵ ਰਫੀਕੀ ਬਿਲ ਜੰਨਾ ਉਸਮਾਨੁਨ ਫਰਮਾ ਲੋਗੋ ਹਰ ਬੰਦੇ ਦਾ ਰਫੀਕ ਜੰਨਤ 'ਚ ਕੋਈ ਨਾ ਕੋਈ ਬੇਲੀ ਹੋਏਗਾ ਮੇਰਾ ਜੰਨਤ ਵਿੱਚ ਵੀ ਬੇਲੀ ਉਸਮਾਨ ਹੋਏਗਾ ਫਰਮਾਇਆ ਜੰਨਤ ਵਿੱਚ ਵੀ ਬੇਲੀ ਉਸਮਾਨ ਹੋਏਗਾ ਅੱਜ 40 ਦਿਨ ਹੋ ਗਏ ਨੇ ਉਸਮਾਨ ਦੀ ਨਿਰਵੈ ਨੂੰ ਤਰਸਦੇ ਹੋਏ ਆ ਅੱਜ ਪਾਣੀ ਨਹੀਂ ਮਿਲਿਆ ਆਪਨੇ ਫਰਮਾਇਆ ਉਸਮਾਨ ਦੇ ਬੇਲੀ ਮੌਲਾ ਮੁਰਤਜ਼ਾ ਏ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਐਡੀਆਂ ਐਡੀਆਂ ਕਿਤਾਬਾਂ 'ਤੇ ਦਰਜ ਏ ਜਦੋਂ ਪਾਣੀ ਬੰਦ ਹੋਣਾ ਤਾਂ ਬਲਵਾਈ ਆ ਗਏ ਬਾਹਰ ਅਗਰ ਵਜ੍ਹਾ ਬਿਆਨ ਕਰੀਏ ਤਾਂ ਟਾਈਮ ਮੁੱਕ ਜਾਣਾ ਵਜ੍ਹਾ ਬੜੀ ਮਕੂਲ ਏ ਇਹ ਜਿਹੜੀ ਨਾ ਹਾਲ ਹਾਲ ਕਰਕੇ ਅਤੇ ਜਾਲੀ ਵਜ੍ਹਾ ਲੋਕ ਬਿਆਨ ਕਰਦੇ ਨੇ ਉਹ ਨਹੀਂ ਸੱਚੀ ਵਜ੍ਹਾ ਹੈ ਅਤੇ ਉਹ ਬੜੀ ਤਵੀਲ ਏ ਮੈਂ ਇੰਨਾ ਹੀ ਬਿਆਨ ਕਰ ਦੇਣਾ ਜਦੋਂ ਉਸਮਾਨ ਦੀ ਸ਼ਹਾਦਤ ਦਾ ਵੇਲਾ ਆਇਆ ਤਾਂ ਉਸਮਾਨ ਦੇ ਚੌਕੀਦਾਰ ਪਤਾ ਕੌਣ ਸਨ ਸਈਦਾ ਜ਼ਹਰਾ ਦੇ ਲਾਲ ਉਸਮਾਨ ਦੇ ਚੌਕੀਦਾਰ ਸਨ ਹੈਂ ਹਜ਼ਰਤ ਉਸਮਾਨ ਜਿਹਨੂੰ ਰਹਿਣ ਵਾਸਤੇ ਫਰਮਾਇਆ ਪਾਣੀ 40 ਦਿਨ ਹੋ ਗਏ ਅਜੇ ਪਹਿਲਾ ਹਫ਼ਤਾ ਸ਼ੁਰੂ ਹੋਏ ਉਮੁਲ ਮੋਮਿਨੀਨ ਸਈਦਾ ਉਮੇ ਹਬੀਬਾ ਰਜ਼ੀ ਅੱਲਾਹ ਤਾਲਾ ਨੂੰ ਮੈਂ ਵਿਖਾਣਾ ਤਰੀਕ ਨਹੀਂ ਹਦੀਸ ਏ ਹਦੀਸ ਏ ਉਮੇ ਹਬੀਬਾ ਰਜ਼ੀ ਅੱਲਾਹ ਤਾਲਾ ਨੂੰ ਉਮੁਲ ਮੋਮਿਨੀਨ ਆਪਨੇ ਪਾਣੀ ਖੱਚਰ ਉੱਤੇ ਲੱਦਿਆ ਏ ਮਸ਼ਕੀਦਾ ਖੱਚਰ ਉੱਤੇ ਲੱਦਿਆ ਏ ਅਤੇ ਬਾਹ ਪਰਦਾ ਸਰਕਾਰ ਦੀ ਘਰ ਵਾਲੀ ਜਾਂਦੀ ਪਈ ਫਰਮਾਇਆ ਨੀ ਬੀਬੀ ਕਿੱਧਰ ਚੱਲੀ ਹੋ ਨੀ ਬੀਬਰ ਕਿੱਧਰ ਜਾ ਰਹੀ ਹੋ ਫਰਮਾਇਆ ਓ ਵੇਖ ਮੇਰਾ ਪੁੱਤਰ ਉਸਮਾਨ ਪਾਣੀ ਨੂੰ ਤਰਸਦਾ ਏ ਮੇਰਾ ਪੁੱਤਰ ਉਸਮਾਨ ਪਾਣੀ ਨੂੰ ਤਰਸਦਾ ਏ ਆਪਣੇ ਬੇਟੇ ਨੂੰ ਪਾਣੀ ਦੇਣ ਚੱਲੀ ਹਾਂ ਹੁਣ ਬੁਲਵਾਈਆਂ ਮਿਸਰੀਆਂ ਕੂਫੀਆਂ ਬਸਰੇ ਦੇ ਰਹਿਣ ਵਾਲਿਆਂ ਉਹਨਾਂ ਬੇਈਮਾਨਾਂ ਨੇ ਆਪਦਾ ਹਯਾ ਨਾ ਕੀਤਾ ਆਪਦਾ ਜ਼ੌਜੇ ਰਸੂਲ ਦਾ ਹਯਾ ਨਾ ਕੀਤਾ ਫਰਮਾਇਆ ਓ ਪਾਣੀ ਨੂੰ ਨਾ ਛੇੜਿਆ ਜੇ ਇਹ ਉਸ ਬੰਦੇ ਦਾ ਹੱਕ ਲੈ ਕੇ ਜਾ ਰਹੀਆਂ ਜਿਹਦੇ ਸਦਕੇ ਅਸੀਂ ਮਿੱਠਾ ਪਾਣੀ ਪੀ ਰਹੇ ਹਾਂ ਇੱਕ ਮਸ਼ਕੀਜ਼ਾ ਇੱਕ ਘੁੱਟ ਜਾ ਲੈਣ ਦਿਓ ਇੱਕ ਘੁੱਟ ਮੇਰੇ ਬੇਟੇ ਕੋਲ ਜਾ ਲੈਣ ਦਿਓ ਇਹ ਕੌਣ ਪਾਣੀ ਲੈ ਕੇ ਜਾ ਰਿਹਾ ਏ ਇਹ ਹੁਸੈਨ ਦੀ ਨਾਨੀ ਲੈ ਕੇ ਜਾ ਰਹੀ ਏ ਅਲੀ ਦੀ ਮਾਂ ਲੈ ਕੇ ਜਾ ਰਹੀ ਏ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਏ ਉਸਮਾਨ ਨਾਲ ਏਡਾ ਪਿਆ
ਆ ਰਹੇ ਅਲੀ ਪਾਕ ਵੀ ਮਸ਼ਕੀਜ਼ੇ ਚਾ ਕੇ ਲਿਜਾ ਰਹੇ ਨੇ ਸ਼ਾਹ ਜੀ ਮੌਲਾ ਅਲੀ ਮਸ਼ਕੀਜ਼ੇ ਲੈ ਕੇ ਗਏ ਉਮੇ ਹਬੀਬਾ ਫਰਮਾਉਂਦੇ ਨੇ ਪਰਾਂ ਜੋ ਦਲੀਲੋ ਛੇੜਿਆ ਜੇ ਨਾ ਮੇਰੇ ਵੱਲ ਤੱਕਿਆ ਜੇ ਨਾ ਇਹ ਹਦੀਸਾਂ ਨੇ ਤਰੀਕ ਹਦੀਸ ਹੈ ਦੀਦੀ ਸਾਹਿਬ ਇੰਝ ਕਰਕੇ ਜਦੋਂ ਉਮੇ ਹਬੀਬਾ ਸਮਝ ਲੱਗਦੀ ਪਈ ਨਬੀ ਦੀ ਘਰ ਵਾਲੀ ਉਸਮਾਨ ਦੀ ਨੂੰ ਰਹਿਣ ਆਪਣੇ ਦਿਮਾਗ ਵਾਸਤੇ ਇੰਝ ਖਲੀਫਾਤੁਰ ਰਸੂਲ ਵਾਸਤੇ ਇੰਝ ਪਾਣੀ ਖੱਚਰ 'ਤੇ ਲੱਦਿਆ ਅਤੇ ਲੈ ਕੇ ਜਾ ਰਹੀਆਂ ਸ਼ਾਹ ਜੀ ਲੈ ਕੇ ਜਾ ਰਹੀਆਂ ਜਦੋਂ ਤੁਰੀਆਂ ਨਾ ਅਤੇ ਉਹਨਾਂ ਬੇਈਮਾਨਾ ਨਬੀ ਪਾਕ ਦੀ ਘਰ ਵਾਲੀ ਉਮੁਲ ਮੋਮਨੀਨ ਦਾ ਹਯਾ ਨਾ ਕੀਤਾ ਉਹਨਾਂ ਨੇ ਉਹ ਮਸ਼ਕੀਜ਼ਾ ਫਾੜ ਦਿੱਤਾ ਖੰਜਰਾਂ ਨਾਲ ਮਸ਼ਕੀਜ਼ਾ ਪੀਰ ਜੀ ਫਾੜ ਦਿੱਤਾ ਜਦੋਂ ਮਸ਼ਕੀਜ਼ਾ ਫਾੜਿਆ ਨਾ ਤਾਂ ਪਾਣੀ ਡੁੱਲ ਗਿਆ ਉਹਨੇ ਕਿਹਾ ਇਹ ਮਸ਼ਕੀਜ਼ਾ ਤੁਸੀਂ ਫਾੜਿਆ ਹੈ ਜਿੱਥੇ ਜਿਸ ਪਾਣੀ ਦੀ ਉਮੀਦ ਤੁਸੀਂ ਲੈ ਕੇ ਬੈਠੇ ਹੋ ਅਗਾਂ ਮੇਰੇ ਪੁੱਤਰ ਉਸਮਾਨ ਨੇ ਖੜੇ ਹੋਣਾ ਹੈ ਉੱਚਾ ਕਹੀ ਸੁਬਾਨ ਅੱਲਾ ਹਜ਼ਰਤ ਉਹ ਵੇਲਾ ਵੀ ਆਇਆ ਹਜ਼ਰਤ ਜਿਸਲੇ ਬੁਲਵਾਈਆਂ ਹਮਲਾ ਕੀਤਾ ਮੌਲਾ ਮੁਰਜ਼ਾ ਨੇ ਫਰਮਾਇਆ ਠਹਿਰ ਉਸਮਾਨ ਠਹਿਰ ਹਸਨ ਠਹਿਰ ਮੇਰਾ ਬੇਟਾ ਹੁਸੈਨ ਪਹਿਲੇ ਮੈਂ ਪਾਣੀ ਲੈ ਕੇ ਜਾਵਾਂਗਾ ਮੇਰਾ ਵੀਰ ਬੜੇ ਦਿਨਾਂ ਦਾ ਪਿਆਸਾ ਹੈ ਮੇਰਾ ਵੀਰ ਬੜੇ ਦਿਨਾਂ ਦਾ ਪਿਆਸਾ ਹੈ ਅੱਜ ਇਸਲੇ ਪਾਣੀ ਤਿੰਨ ਮਸ਼ਕੀਜ਼ੇ ਮੌਲਾ ਅਲੀ ਸ਼ੇਰੇ ਖੁਦਾ ਨੇ ਉਠਾਏ ਅਲੀ ਸ਼ੇਰੇ ਖੁਦਾ ਹਲ ਅਤਾ ਆਪਨੇ ਉਠਾਏ ਜਿਸਲੇ ਅਤੇ ਇੰਝ ਬੁਲਵਾਈਆਂ ਵੇਖਿਆ ਉਹਨੇ ਪਤਾ ਕਿਤਾਬ 'ਚ ਤਾਂ ਲਿਖਿਆ ਜਿਹੜੇ ਲਫਜ਼ ਕਿਤਾਬ 'ਚ ਲਿਖਣੇ ਇਸਮਾਇਲ ਮੈਂ ਉਹੀ ਆਖਾਂਗਾ ਉਹਨਾਂ ਆਖਿਆ ਉਹ ਖੈਰ ਹੋਵੇ ਅਲੀ ਆ ਗਿਆ ਡਰੇ ਤੇ ਆਖਿਆ ਸ਼ਾਹ ਜੀ ਉਹਨਾਂ ਆਖਿਆ ਅਲੀ ਆ ਗਿਆ ਲੇਕਿਨ ਯਾ ਨਾ ਕੀਤਾ ਬੇਈਮਾਨਾ ਮਸ਼ਕੀਜ਼ਿਆਂ 'ਤੇ ਤਰੀਕ ਚਲਾ ਦਿੱਤੇ ਮਸ਼ਕੀਜ਼ਾਂ ਬਰਛੇ ਮਾਰ ਦਿੱਤੇ ਹਜ਼ਰਤ ਮੌਲਾ ਮੁਰਤਜ਼ਾ ਵਾਪਸ ਕੇ ਲੜਦੇ ਰਹੇ ਮੌਲਾ ਮੁਰਤਜ਼ਾ ਉਹਨਾਂ ਬੇਈਮਾਨਾਂ ਨਾਲ ਲੜੇ ਨੇ ਮੌਲਾ ਮੁਰਤਜ਼ਾ ਮੌਲਾ ਹਸਨ ਵੀ ਲੜੇ ਮੌਲਾ ਹੁਸੈਨ ਵੀ ਲੜੇ ਜਿਸਲੇ ਦਰਵਾਜ਼ੇ 'ਤੇ ਖੜੇ ਜ਼ਖਮੀ ਹੋ ਗਏ ਮੌਲਾ ਹਸਨ ਦੇ ਜ਼ਖਮ ਆ ਗਏ ਮੌਲਾ ਹੁਸੈਨ ਦੇ ਜ਼ਖਮ ਆਏ ਨੇ ਜਿਸਲੇ ਜ਼ਖਮ ਆ ਗਏ ਉਹਨਾਂ ਵੇਖਿਆ ਨੱਸ ਜਾਓ ਅਲੀ ਦੇ ਪੁੱਤਰਾਂ ਨੂੰ ਤੀਰ ਵੱਜ ਗਿਆ ਹੈ ਅਲੀ ਦੇ ਪੁੱਤਰਾਂ ਨੂੰ ਜ਼ਖਮ ਆ ਗਏ ਨੇ ਹੁਣ ਹਾਸ਼ਮੀ ਨੌਜਵਾਨ ਜ਼ਖਮੀ ਹੋ ਗਿਆ ਹੈ ਜ਼ਹਰਾ ਦੇ ਲਾਲ ਜਦੋਂ ਜ਼ਖਮੀ ਵੇਖੇ ਉਹ ਬੇਈਮਾਨ ਦੌੜ ਗਏ ਜਦੋਂ ਦੌੜੇ ਤੇ ਦੌੜ ਗਏ ਮੌਲਾ ਹੁਸੈਨ ਉਹਨਾਂ ਵੇਖਿਆ ਖੈਰ ਸਲਾਹ ਹੋ ਗਈ ਹੈ ਹੁਣ ਚਲੀਏ ਖੈਰ ਮੌਲਾ ਹੁਸੈਨ ਕਰੀਮਾ ਨੇ ਵੇਖਿਆ ਖੈਰ ਸਲਾਹ ਹੋ ਗਈ ਹੈ ਹੁਣ ਚਾਚਾ ਉਸਮਾਨ ਦੀ ਖੈਰ ਹੈ ਕੁਝ ਨਹੀਂ ਹੋਣ ਲੱਗਾ ਜਦੋਂ ਗਏ ਨਾ ਤਾਂ ਖੜੇ ਦਰਵਾਜ਼ੇ 'ਤੇ ਨੇ ਉਹਨਾਂ ਕਿਹਾ ਵੀਰ ਜਾਣਾ ਨਹੀਂ ਮੌਲਾ ਹੁਸੈਨ ਦੇ ਹੁਸੈਨ ਇਹ ਦਰਵਾਜ਼ਾ ਨਹੀਂ ਛੱਡਣਾ ਇਹ ਦਰਵਾਜ਼ਾ ਨਹੀਂ ਛੱਡਣਾ ਖਲੋਣਾ ਇੱਥੇ ਪਹਿਰੇਦਾਰੀ ਦੇਣੀ ਹੈ ਕਿਉਂਕਿ ਇੱਥੇ ਖਿਲਾ ਰਿਹਾ ਮੌਲਾ ਮੁਰਤਜ਼ਾ ਨੇ ਅੱਬਾ ਜਾਨ ਨੇ ਖਿਲਾ ਰਿਹਾ ਅਲੀ ਨੇ ਖਿਲਾ ਰਿਹਾ ਹੈ ਅਲੀ ਨੂੰ ਤਾਂ ਉਸਮਾਨ ਦੇ ਦਰਵਾਜ਼ੇ ਨਾਲ ਪਿਆਰ ਹੋਵੇ ਹੈਂ ਅਲੀ ਨੂੰ ਐਡਾ ਪਿਆਰ ਹੈ ਉਸਮਾਨ ਦੇ ਦਰਵਾਜ਼ੇ ਨਾਲ ਹਮਜ਼ੁਲਫ ਵੀ ਨੇ ਦੋਵੇਂ ਹਜ਼ੂਰ ਦੇ ਪੁੱਤਰ ਨੇ ਫਰਮਾਇਆ ਮੇਰੀਆਂ 72 ਧੀਆਂ ਵੀ ਹੁੰਦੀਆਂ ਅਤੇ ਮੈਂ ਯੱਕੇ ਬਾਅਦ ਦੀਗਰੇ ਉਸਮਾਨ ਦੇ ਨਿਕਾਹ 'ਚ ਦਿੰਦਾ ਰਹਿੰਦਾ ਇਹਦੇ ਕੋਈ ਐਸਾ ਉਸਮਾਨ ਜਿਹਦੇ ਕੋਲ ਅੱਲਾ ਵੀ ਯਾਦ ਕਰਦਾ ਫਰਿਸ਼ਤੇ ਵੀ ਯਾਦ ਕਰਦਾ ਹਜ਼ਰਤ ਗੱਲ ਹੈ ਸ਼ਾਹੀ